ਆਡੀ ਟੱਕਰ ਦਿੱਲੀ ਦੀ ਹਕੂਮਤ ਨਾਲ ਹੈ ਪਰ ਜਿਹੜਾ ਵੀ ਮਨੁੱਖ ਜਿਹੜੀ ਵੀ ਧਿਰ ਜਿਹੜੀ ਵੀ ਸੰਪਰਦਾ ਦਿੱਲੀ ਦੇ ਦਲਾਰ ਬਣ ਕੇ ਸਾਡੇ ਨੂੰ ਨੁਕਸਾਨ ਕਰਨਾ ਹੋਊਗੀ ਉਹ ਸਾਡੇ ਰਾਹ ਖੜੇ ਨੇ ਤੇ ਸਾਡੇ ਰਾਹ ਖੜੇ ਹਾਂ ਤਾਂ ਫਿਰ ਅਸੀਂ ਇੱਥੇ ਮੁਕਾਬਲਾ ਕਰਾਂਗੇ ਹਲ ਬੰਦੇ ਬਿਆਨ ਦਿੰਦੇ ਨੇ ਵੀ ਅਸੀਂ ਆਪਣੇ ਸਾਈ ਭਾਈਚਾਰੇ ਨੂੰ ਸ਼ਸਤਰਾਂ ਦੀ ਵਿੱਦਿਆ ਦਵਾਂਗੇ ਜੀ ਸ਼ਸਤਰਧਾਰੀ ਕਰਾਵਾਂਗੇ ਮੈਂ ਤਾਂ ਕਹਾਂ ਵੀ ਚੰਗੀ ਗੱਲ ਹੈ ਆਓ ਸ਼ਸਤਰਧਾਰੀ ਹੋ ਕੇ ਆਓ ਕਿਸੇ ਸ਼ਸਤਰਹੀਣ ਬੰਦੇ ਨੂੰ ਛੱਤਰ ਫੇਰਦੇ ਅਸੀਂ ਵੀ ਚੰਗੇ ਨਹੀਂ ਲੱਗਦੇ ਤੂੰ ਹੀ ਤਿਆਰ-ਬਰ ਤਿਆਰ ਹੋ ਕੇ ਆਓ ਤੇ ਤਿਆਰ-ਬਰ ਤਿਆਰ ਹੀ ਖਾਲਸਾ ਤੈਨੂੰ ਅੱਗੇ ਮਿਲੂਗਾ ਕੋਈ ਜਾ ਕੇ ਸਾਈ ਬਣ ਤੁਰਿਆ ਹੋਵੇ ਤੇ ਸਹੀ ਚੁੱਪਚੀ ਬੀਤੇ ਬੈਠੇ ਰਹੀਏ ਸਾਡਾ ਭਰਾ ਕੋਈ ਜਾ ਕੇ ਮੰਦਰਾਂ 'ਚ ਮੱਥੇ ਟੇਕਦਾ ਫਿਰੇ ਅਸੀਂ ਚੁੱਪਚੀ ਬੀਤੇ ਬੈਠੇ ਰਹੀਏ ਜੇ ਹੋਰ ਨਹੀਂ ਕੁਛ ਤੇ ਕਟੋ-ਕਾਟ ਇਹਨਾਂ ਨੂੰ ਲਾਹਣ ਤੇ ਵੰਗਾਰ ਤੇ ਪੈਣੀ ਚਾਹੀਦੀ ਹੈ ਵੀ ਕਿਹੜੇ ਰਾਹ ਤੇ ਤੁਰੇ ਜੋ ਇੱਕ ਕਹਿੰਦੇ ਵੀ ਗੁਰੂ ਨੇ ਕੀ ਦਿੱਤਾ ਤੇ ਮੈਂ ਇਹਨਾਂ ਨੂੰ ਪੁੱਛਦਾ ਹਾਂ ਵੀ ਗੁਰੂ ਨੇ ਤੇ ਇਸ ਮਿੱਟੀ ਤੇ ਇਸ ਧਰਤੀ ਤੇ ਸਾਰਾ ਕੁਝ ਹੀ ਬਾਰ ਦਿੱਤਾ ਹੈ ਆਪਣਾ ਵੀ ਲਹੂ ਡੋਲਿਆ ਆਪਣੇ ਬੱਚਿਆਂ ਦਾ ਵੀ ਡੋਲਿਆ ਤੇ ਲੱਖਾਂ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਇਸ ਮਿੱਟੀ ਤੇ ਤੁਸੀਂ ਇੱਕ ਬੰਦੇ ਦਾ ਨਾਮ ਲੈ ਦਿਓ ਜਿਨੇ ਇਸ ਧਰਤੀ ਤੇ ਅਸਾਈ ਹੋਵੇ ਤੇ ਇਸ ਧਰਤੀ ਤੇ ਆਪਣਾ ਲਹੂ ਡੋਲਿਆ ਹੋਵੇ ਇਸ ਧਰਤੀ ਨੂੰ ਲੁੱਟਣ ਤੇ ਆਏ ਆਸਾਈ ਇਕੱਠੇ ਹੋ ਕੇ ਇਸ ਧਰਤੀ ਦੇ ਉੱਤੇ ਸਿੱਖ ਰਾਜ ਖਤਮ ਕਰਨ ਗਦਾਰੀਆਂ ਕਰਨ ਤੇ ਆਸਾਈ ਇਕੱਠੇ ਹੋ ਕੇ ਆਏ ਆ ਇੱਕ ਕੋਈ ਐਸਾ ਕੰਮ ਦੇ ਦਿਓ ਪੰਜਾਬ ਦੇ ਭਲੇ ਲਈ ਕੀਤਾ ਹੋਵੇ ਇਹ ਕਹਿਣਗੇ ਵੀ ਉਹ ਗੋਰੇ ਸੀ ਸਾਡਾ ਉਹਨਾਂ ਨਾਲ ਕੋਈ ਸੰਬੰਧ ਨਹੀਂ ਸੀ ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਫਿਰ ਸਿੱਖਾਂ ਨੂੰ ਧਮਕੀ ਕਿਦੋਂ ਦੇਉਂਦੇ ਜੇ ਵੀ ਗੋਰੇ ਤੁਹਾਨੂੰ ਕੱਢ ਦੇਣਗੇ ਮੁਲਕਾਂ ਚੋਂ ਇਹ ਉਹ ਧਰਮ ਹੈ ਇਹ ਉਸ ਮਰਿਆਦਾ ਇਹਨਾਂ ਦੀ ਜਿਨ੍ਹਾਂ ਨੇ ਛੋਟੇ-ਛੋਟੇ ਬੱਚਿਆਂ ਨਾਲ ਲੱਖਾਂ ਬੱਚਿਆਂ ਦੇ ਨਾਲ ਪਾਪ ਮਾਫੀ ਮੰਗ ਕੇ ਹਟਿਆ ਪਾਪ ਦੀ ਹਸਤੀ ਕਾਲ ਤੱਕ ਤੇ ਜਥੇਦਾਰ ਵਰਗੀ ਹਸਤੀ ਹੈ ਜੇ ਕਾਲ ਤੱਕ ਦਾ ਜਥੇਦਾਰ ਕਿਸੇ ਕੋਲ ਮਾਫੀ ਮੰਗੇ ਵੀ ਅਸੀਂ ਤੁਹਾਡੇ ਲੱਖਾਂ ਬੱਚਿਆਂ ਦਾ ਸਰੀਰਕ ਸ਼ੋਸ਼ਣ ਕੀਤਾ ਉਹਨਾਂ ਦੇ ਨਾਲ ਉਹਨਾਂ ਨੂੰ ਮਾਰਿਆ ਕਤਲ ਕੀਤਾ ਤੇ ਤੁਸੀਂ ਕੀ ਸਮਝੋਗੇ ਵੀ ਉਹਨੇ ਜਥੇਦਾਰ ਨੇ ਕਿੱਥੋਂ ਸਿੱਖਿਆ ਕਿੱਥੋਂ ਧਰਮ ਦਾ ਪ੍ਰਚਾਰ ਕਰਾਂਗੇ ਅਸੀਂ ਅੱਜੇ ਮਾਫ਼ੀਆਂ ਮੰਗਦੇ ਫਿਰਦੇ ਨੇ ਸੰਸਾਰ ਤੋਂ ਇਹ ਮੈਨੂੰ ਕਹਿੰਦੇ ਸੀ ਵੀ ਅਮਰਤਪਾਲ ਮਾਫ਼ੀ ਮੰਗੇ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਵੀ ਮਾਫ਼ੀਆਂ ਮੰਦ ਦਾ ਜੇ ਦੌਰ ਸ਼ੁਰੂ ਕਰਨਾ ਹੈ ਤੇ ਪਹਿਲਾਂ ਦੇ ਬੈਠੋ ਤੇ ਪਹਿਲਾਂ ਇਸ ਗੱਲ ਦੀ ਮਾਫ਼ੀ ਮੰਗੋ ਵੀ ਸਿੱਖਾਂ ਦੇ ਮਹਾਰਾਜ ਦੇ ਪੁੱਤਰ ਦਲੀਪ ਸਿੰਘ ਨੂੰ ਤੁਸੀਂ ਬਚਪਨ ਚ ਅਗਵਾ ਕਰਕੇ ਲੈ ਕੇ ਗਏ ਸੀ ਉਹਨੂੰ ਉਸਾਈ ਬਣਾਇਆ ਸੀ ਜਿਹੜਾ ਬਾਅਦ ਚ ਫਿਰ ਸਿਕ ਬਣ ਗਿਆ ਜਿਹੜੇ ਗਰੀਬ ਸਿੱਖ ਗੁਰੂ ਨੂੰ ਛੱਡ ਦਿੰਦੇ ਨੇ ਕੁਝ ਦੁਨਿਆਵੀ ਲਾਲਚ ਪਿੱਛੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਨਾ ਦਲੀਪ ਸਿੰਘ ਨੂੰ ਦੁਨੀਆਂ ਦੀ ਹਰ ਸਹੂਲਤ ਦਿੱਤੀ ਇਹਨਾਂ ਨੇ ਇੰਗਲੈਂਡ ਚ ਖੜ ਕੇ ਮਹਿਲ ਦਿੱਤੇ ਮਨਾਰੇ ਦਿੱਤੇ ਪਰ ਉਸ ਨੇ ਅਖੀਰ ਤੇ ਇਹ ਤੱਤ ਕੱਢਿਆ ਵੀ ਸਿੱਖੀ ਤੋਂ ਵੱਡਾ ਕੁਝ ਨਹੀਂ ਸਿੱਖ ਬਣਿਆ ਤੇ ਉਸ ਤੋਂ ਵੀ ਵੱਡਾ ੱਤਕਾ ਕੀਤਾ ਉਹਦੀ ਕਬਰ ਬਣਾ ਕੇ ਬੈਠੇ ਨੇ ਸਿੱਖ ਦੀ ਕਬਰ ਬਣ ਸਕਦੀ ਹੈ ਮੁਸਲਮਾਨ ਦੀ ਕਬਰ ਬਣੇ ਅਸਾਈ ਦੀ ਕਬਰ ਬਣੇ ਸਿੱਖ ਦੀ ਕਬਰ ਕਿਉ ਬਣੇ ਜਦੋਂ ਸਾਡੇ ਰਵਾਇਤੀ ਸੰਸਕਾਰ ਦੀ ਹੈ ਅਸੀਂ ਸਰੀਰ ਨੂੰ ਰੱਖਦੇ ਨਹੀਂ ਸਾਨੂੰ ਕਿਸੇ ਨੇ ਆਣ ਕੇ ਠਾਉਣਾ ਅਸੀਂ ਤਾਂ ਜਦੋਂ ਸਰੀਰ ਹੈ ਇਹਨੂੰ ਚੋਲਾ ਸਮਝੀਦਾ ਹੈ ਖਤਮ ਹੈ ਤੇ ਗੁਰੂ ਚਪੇਤ ਹੋਣਾ ਜਾਂ ਜੂਨਾ ਚ ਪਹਿਣਾ ਉਹ ਤੇ ਕਰਮਾਂ ਨੇ ਫੈਸਲਾ ਕਰਨਾ ਸਾਡਿਆਂ ਨੇ ਅਸੀਂ ਕਬਰ ਕਿਉਂ ਬਣਾ ਕੇ ਰੱਖੀਏ ਸਾਨੂੰ ਕਿਸੇ ਨੇ ਹਟਾਉਣਾ ਨਹੀਂ ਹੋਣਾ ਕਿਸੇ ਪਗੰਬਰ ਨੇ ਸੋ ਇਸ ਕਰਕੇ ਜੇ ਕੋਈ ਮਨੁੱਖ ਜੇ ਕੋਈ ਵੀ ਬੰਦਾ ਇਹ ਕਹਿੰਦੇ ਘਟ ਗਿਣਤੀ ਹੈ ਮੈਂ ਇਹਨਾਂ ਨੂੰ ਕਹਿਣਾ ਵੀ ਸਾਡੀ ਟੱਕਰ ਦਿੱਲੀ ਦੀ ਹਕੂਮਤ ਨਾਲ ਹੈ ਇਹ ਕਿਸੇ ਕੋਈ ਮੰਚ ਭਲੇਖਾ ਨਾ ਕਰਿਓ ਵੀ ਸਾਡੀ ਇਸਾਈਆਂ ਨਾਲ ਟੱਕਰ ਹੈ ਜਾਂ ਕਿਸ ਹਿੰਦੂਆਂ ਨਾਲ ਟੱਕਰ ਹੈ ਸਾਡੀ ਟੱਕਰ ਦਿੱਲੀ ਦੀ ਹਕੂਮਤ ਨਾਲ ਹੈ ਪਰ ਜਿਹੜਾ ਵੀ ਮਨੁੱਖ ਜਿਹੜੀ ਵੀ ਧਿਰ ਜਿਹੜੀ ਵੀ ਸੰਪਰਦਾ ਦਿੱਲੀ ਦੇ ਦਲਾਰ ਬਣ ਕੇ ਸਿੱਖਾਂ ਦਾ ਨੁਕਸਾਨ ਕਰਨਾਊਗੀ ਉਹ ਸਾਡੇ ਰਾਹ ਚ ਖੜੇ ਨੇ ਤੇ ਸਾਡੇ ਰਾਹ ਚ ਖੜਿਆਂ ਦਾ ਫਿਰ ਅਸੀਂ ਇੱਦਾਂ ਹੀ ਮੁਕਾਬਲਾ ਕਰਾਂਗੇ ਬਿਆਨਾਂ ਤੋਂ ਕੋਈ ਨਹੀਂ ਡਰਨਾ ਮੀਡੀਆ ਦਾ ਪ੍ਰਪੋਗੈਂਡਾ ਕਰੀ ਜਾਵੇ ਉਹਨੂੰ ਕਹ ਵੀ ਜੋ ਤੁਸੀਂ ਕਰਨਾ ਕਰ ਲਓ ਜਿੱਥੇ ਤਾਈ ਤੁਹਾਡੇ ਕੋਲ ਜੋਰ ਲੱਗਦਾ ਲਾ ਲਓ ਅਸੀਂ ਬਹੁਤ ਬਰਦਾਸ਼ਤ ਕੀਤਾ ਹੈ ਡਿਫੈਂਸਿਵ ਹੋ ਕੇ ਨਹੀਂ ਚੱਲਣਾ ਡਿਫੈਂਸਿਵ ਹੋਣ ਦਾ ਅਰਥ ਹੈ ਕਿ ਕੋਈ ਸਾਡੇ ਤੇ ਹਮਲੇ ਕਰੀ ਫਿਰੇ ਤੇ ਅਸੀਂ ਚੁੱਪਚੀ ਬੀਤੇ ਧਰਨੇ ਲਾਈ ਫਿਰਿਏ ਹੁਣ ਕੀ ਹੋ ਰਿਹਾ ਉਲਟਾ ਪਿਆ ਕੰਮ ਅਸੀਂ ਬਿਆਨ ਦਿੱਤਾ ਧਰਨੇ ਉਹ ਲਾਰੇ ਨੇ ਸਿੱਖਾਂ ਦੀ ਬਿਰਤੀ ਇਹ ਹੋਣੀ ਚਾਹੀਦੀ ਧਰਨੇ ਤੁਮਨੇ ਜੀ ਪੈਣਾ ਆਪਾਂ ਅਸੀਂ ਕੰਮ ਕਰਨਾ ਧਰਨੇ ਜੇ ਕੋਈ ਸਾਡਾ ਰਾਹ ਕੇ ਨੂੰ ਪਸੰਦ ਨਹੀਂ ਲਾਉਂਦਾ ਰਵੇ ਸਾਡੇ ਦੇ ਜੀ ਸਦਕੇ ਇਹਨਾਂ ਦੇ ਕੱਲ ਬੰਦੇ ਬਿਆਨ ਦਿੰਦੇ ਨੇ ਵੀ ਅਸੀਂ ਆਪਣੇ ਸਾਈ ਭਾਈਚਾਰੇ ਨੂੰ ਸ਼ਸਤਰਾਂ ਦੀ ਵਿੱਦਿਆ ਦਵਾਂਗੇ ਜੀ ਸ਼ਸਤਰ ਧਾਰੀ ਕਰਾਵਾਂਗੇ ਮੈਂ ਤਾਂ ਕਹਾਂ ਵੀ ਚੰਗੀ ਗੱਲ ਆਓ ਸ਼ਸਤਰ ਧਾਰੀ ਹੋ ਕੇ ਆਓ ਕਿਸੇ ਸ਼ਸਤਰ ਹੀਣ ਬੰਦੇ ਨੂੰ ਸ਼ਸਤਰ ਫੇਰਦੇ ਅਸੀਂ ਵੀ ਚੰਗੇ ਨਹੀਂ ਲੱਗਦੇ ਤੁਸੀਂ ਤਿਆਰ ਬਰ ਤਿਆਰ ਹੋ ਕੇ ਆਓ ਤੇ ਤਿਆਰ ਬਰ ਤਿਆਰ ਹੀ ਖਾਲਸਾ ਤੁਹਾਨੂੰ ਅੱਗੇ ਮਿਲੂਗਾ ਸੋ ਇਸ ਕਰਕੇ ਇਹ ਪ੍ਰਪੋਗੈਂਡਾ ਚ ਕਦੇ ਨਹੀਂ ਆਉਣਾ ਤੇ ਜਿਹੜੀ 30 ਤਰੀਕ ਦੀ ਭਾਈ ਸਾਹਿਬ ਨੇ ਅਪੀਲ ਕੀਤੀ ਹੈ ਉਹ ਕਿਉਂ ਜ਼ਰੂਰੀ ਹੈ? ਹਕੂਮਤ ਦਾ ਤਿਲ ਤਾਂ ਹੀ ਜੋਰ ਲੱਗਾ ਹੈ 500 ਸਾਲ ਤੋਂ ਪਈ ਸਿੱਖਾਂ ਨੂੰ ਵਿਗਾੜਿਆ ਜਾਵੇ, ਇਹਨਾਂ ਦੇ ਸਰੂਪ ਨੂੰ, ਇਹਨਾਂ ਦੀ ਬਿਰਤੀ ਨੂੰ ਵਿਗਾੜ ਕੇ ਗੁਰੂ ਨਾਲੋਂ ਤੋੜ ਦਿੱਤਾ ਜਾਵੇ ਤੇ ਜੇ ਹਕੂਮਤ ਇਹ ਚਾਹੁੰਦੀ ਹੋਵੇ ਪਈ ਸਿੱਖਾਂ ਦਾ ਸਰੂਪ ਆਪਣੇ ਪਿਓ-ਦਾਦਿਆਂ ਨਾਲ ਆਪਣੇ ਗੁਰੂ ਨਾਲ ਨਾ ਮਿਲੇ ਤੇ ਨੌਜਵਾਨੋ ਤੁਸੀਂ ਮੈਨੂੰ ਦੱਸੋ ਹਪ ਹਕੂਮਤ ਦੀ ਮੰਨਣੀ ਹੈ ਕਿ ਗੁਰੂ ਦੀ ਮੰਨਣੀ ਹੈ? ਪ੍ਰੇਮ ਕਿਹਦੇ ਨਾਲ ਕਰਦੇ ਜੋ? ਦਿੱਲੀ ਦੀ ਹਕੂਮਤ ਨਾ ਕਰਦੇ ਜੋ ਹਿੰਦੁਸਤਾਨ ਦੀ ਹਕੂਮਤ ਨਾ ਕਰਦੇ ਜੋ ਜਾਂ ਗੁਰੂ ਨਾਲ ਪ੍ਰੇਮ ਹੈ ਜੇ ਪ੍ਰੇਮ ਗੁਰੂ ਨਾਲ ਹੈ ਤੇ ਫਿਰ ਗੁਰੂ ਦਾ ਹੁਕਮ ਮੰਨਣ ਲੱਗਿਆ ਆਪਾਂ ਨੂੰ ਕੀ ਹੁੰਦਾ ਹੁਕਮ ਮੰਨਣਾ ਜ਼ਰੂਰੀ ਹੈ ਹੁਕਮ ਤੋਂ ਬਿਨਾ ਧਰਮ ਨਹੀਂ ਚੱਲਦਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਜਿਹੜਾ ਗੁਰੂ ਦੇ ਹੁਕਮ ਤੋਂ ਬਾਹਰ ਹੋ ਜਾਂਦਾ ਮਰਦਾ ਉਹ ਵੀ ਹੈ ਮੈਂ ਕੱਲ ਵੀ ਕਿਹਾ ਸੀ ਮੈਂ ਹੁਣ ਫੇਰ ਕਹਿ ਦਿੰਨਾ ਮੇਰਾ ਕੋਈ ਦਾਵਾ ਨਹੀਂ ਤੁਹਾਨੂੰ ਮੌਤ ਤੋਂ ਬਚਾਉਣ ਦਾ